ਕਮਲਿਆ ਇਹੀ ਤੇ ਗੱਲਾਂ ਨੇ ਜਿਹੜੀਆਂ ਮਾਲਕ ਨੂੰ ਪਸੰਦ ਨੇ। ਸੁਬਾ ਸੁਬਾ ਬੰਦਾ ਉੱਠਦਾ ਏ, ਬੰਦੇ ਦੇ ਸਿਰ ਤੇ ਮਜਬੂਰੀਆਂ ਦੀ ਪੰਡ ਚੁੱਕੀ ਹੋਈ ਏ। ਬੱਚਿਆਂ ਨੂੰ ਸਕੂਲ ਛੱਡਣਾ ਏ, ਬੱਚਿਆਂ ਨੂੰ ਸਕੂਲੋਂ ਲੈਣਾ ਏ, ਬੱਚਿਆਂ ਦੀ ਫੀਸ ਦਾ ਖਰਚਾ ਤਿਆਰ ਕਰਨਾ ਏ, ਆਪਣੀ ਬੇਗਮਦਾਨਾਂ ਨੂੰ ਨਫਕਾ ਬਣਾਉਣਾ ਏ, ਆਪਣੇ ਬੁੱਢੇ ਵਾਲਿਦੈਨ ਦੀ ਦਵਾਈ ਦੇ ਪੈਸੇ ਜੋੜਨੇ ਨੇ, ਮਕਾਨ ਦਾ ਕਿਰਾਇਆ ਵੀ ਬਣਾਉਣਾ ਏ, ਸੁਜਨਾ ਬਿਜਲੀ ਦਾ ਬਿੱਲ ਤੇ ਸੂਈ ਗੈਸ ਦਾ ਬਿੱਲ ਵੀ ਦੇਣਾ ਏ। ਇਹ ਸਾਰੀਆਂ ਮਜਬੂਰੀ ਦੀਆਂ ਪੰਡਾਂ ਬੰਦਾ ਸਿਰ ਤੇ ਚੁੱਕ ਕੇ ਘਰੋਂ ਨਿਕਲਦਾ ਏ, ਫਿਰ ਆਪਣੀ ਦੁਕਾਨ ਦਾ ਸ਼ਟਰ ਚੁੱਕਦਾ ਏ, ਝਾੜੂ ਮਾਰ ਕੇ ਪਾਣੀ ਤਰੋ ਕੇ ਬੈਠ ਜਾਂਦਾ ਏ। ਹਜੇ ਮਜਬੂਰੀਆਂ ਵਿੱਚ ਹੀ ਹੁੰਦੀਆਂ ਨੇ ਕਿ ਵੱਡਿਆਂ ਦੀਆਂ ਆਵਾਜ਼ਾਂ ਆ ਜਾਂਦੀਆਂ ਨੇ, ਮਾਲਕ ਬੁਲਾਉਣ ਲੱਗ ਜਾਂਦਾ, ਹਈਆ ਅਲ ਸਲਾ ਹਈਆ ਅਲਲ ਫਲਾ। ਇੰਜ ਨਾ ਆਖਿਆ ਕਰ, ਅੱਲਾ ਮੈਨੂੰ ਮਜਬੂਰੀ ਹੈ ਮੈਂ ਦੁਕਾਨ ਖੋਲੀ ਬੈਠਾ, ਨਾ 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 ਨਾ। ਇਹ ਸਾਰੀਆਂ ਮਜਬੂਰੀਆਂ ਦੀਆਂ ਪੰਡਾਂ ਚੁੱਕ ਕੇ ਮਾਰਤੀ, ਆਪਣੇ ਮਾਲਕ ਦੇ ਦਰ ਤੇ ਆ ਜਾ, ਆਪਣੇ ਖਾਲਕ ਦੇ ਦਰ ਤੇ ਆ ਜਾ, ਤਾਂ ਕਿ ਤੂੰ ਸਦਜੇ 'ਚ ਡਿੱਗਿਆ ਪਿਆ ਹੋਵੇ ਤੇ ਮਾਲਕ ਫਰਿਸ਼ਤਿਆਂ ਨੂੰ ਆਖੇ, ਓਏ ਵੇਖੋ ਓਏ ਵੇਖੋ ਓਏ ਵੇਖੋ, ਓਏ ਮੇਰਾ ਬੰਦਾ ਮੈਨੂੰ ਸਜਦਾ ਪਿਆ ਕਰਦਾ ਜੇ, ਇਹ ਮੇਰੇ ਬੰਦੇ ਦਾ ਮਜਬੂਰੀਆਂ ਭਰਿਆ ਸਜਦਾ ਜੇ, ਇਹ ਮੇਰੇ ਬੰਦੇ ਦਾ ਮੁਸ਼ਕਲਾਂ ਭਰਿਆ ਸਜਦਾ ਜੇ। ਓਏ ਫਰਿਸ਼ਤਿਓ ਸਜਦੇ ਤੁਸੀਂ ਵੀ ਕਰਦੇ ਜੇ, ਪਰ ਤੁਹਾਡੇ ਸਜਦਿਆਂ ਵਿੱਚ ਮਜਬੂਰੀਆਂ ਨਹੀਂ, ਆਈ ਬਨੇ ਆਦਮ ਦੇ ਸਜਦੇ ਵਿੱਚ ਮਜਬੂਰੀਆਂ ਨੇ। ਅੱਲਾ ਨੇ ਤੈਨੂੰ ਪੈਦਾ ਹੀ ਤਾਂ ਕੀਤਾ ਏ, ਰੱਬ ਨੇ ਤੈਨੂੰ ਬਣਾਇਆ ਹੀ ਇਸ ਵਾਸਤੇ ਹੈ। ਆ ਹੁਣ ਰੱਬ ਦੇ ਦਰ ਤੇ ਸਰ ਨੂੰ ਝੁਕਾ, ਪਿੱਛੇ ਕੰਮ ਨਹੀਂ ਆਉਣੀ ਤੇਰੀ ਇਲਤਿਜਾ। ਹੁਣ ਰੱਬ ਦੇ ਦਰ ਤੇ ਇਹ ਬੰਗਲੇ ਜ਼ਮੀਨਾਂ ਤੇ ਗੱਡੀਆਂ ਨਾ ਖੋਸਲ, ਇਹ ਬੰਗਲੇ ਜ਼ਮੀਨਾਂ ਤੇ ਗੱਡੀਆਂ ਨਾ ਖੋਸਲ, ਤੇ ਜੇਬਾਂ ਕਫਨ ਨਾਲ ਲੱਗੀਆਂ ਨਾ ਹੋਸਲ। ਹਮ ਸੈਰ ਕੋ ਨਿਕਲੇ ਤੋ ਸਭ ਰਾਸਤੇ ਵਿਰਾਮ ਥੇ, ਕੁਛ ਵਿਰਾਮ ਥੇ ਕੁਛ ਕਬਰਸਤਾਨ ਥੇ, ਕਬਰਸਤਾਨ ਮੇ ਪੜੀ ਹੋਈ ਹੱਡੀਓ ਕੇ ਅਰਮਾਨ ਥੇ। ਅਰੇ ਇਨਸਾਨ ਦੇਖ ਕਰ ਚੱਲ, ਕਭੀ ਹਮ ਵੀ ਇਨਸਾਨ, ਇਨਸਾਨ ਦੇਖ ਕਰ ਚੱਲ, ਕਭੀ ਹਮ ਵੀ ਇਨਸਾਨ ਥੇ। ਆ ਹੁਣ ਰੱਬ ਦੇ ਦਰ ਤੇ ਸਰ ਨੂੰ ਝੁਕਾ, ਪਿੱਛੇ ਕੰਮ ਨਹੀਂ ਆਉਣੀ ਤੇਰੀ ਇਲਤਿਜਾ। ਇਹ ਬੰਗਲੇ ਜ਼ਮੀਨਾਂ ਤੇ ਗੱਡੀਆਂ ਨਾ ਹੋਸਲ, ਤੇ ਜੇਬਾਂ ਕਫਨ ਨਾਲ ਲੱਗੀਆਂ ਨਾ ਹੋਸਲ, ਤੇਰੇ ਬੈਂਕ ਬੈਲੈਂਸ ਨਾ ਕਰ ਸਨ ਵਫਾ, ਪਿੱਛੇ ਕੰਮ ਨਹੀਂ ਆਉਣੇ ਤੇਰੀ ਇਲਤਿਜਾ। ਆ ਹੁਣ ਰੱਬ ਦੇ ਦਰ ਤੇ ਉਸ ਬੰਦੇ ਦਾ ਦੁਨੀਆ ਤੇ ਰਹਿਣਾ ਵੀ ਬੜਾ ਮਜ਼ੇਦਾਰ ਏ, ਉਹਦਾ ਦੁਨੀਆ ਤੋਂ ਜਾਣਾ ਵੀ ਬੜਾ ਲੁਤਫ ਵਾਲਾ ਏ, ਜਿਹੜਾ ਦੁਨੀਆ ਦਾ ਮਕਸਦ ਹੱਲ ਕਰਕੇ ਤੁਰਿਆ, ਜਿਹੜਾ ਇਬਾਦਤ ਕਰਕੇ ਤੁਰਿਆ। ਇਹ ਤੁਹਾਡੇ ਸਾਹਮਣੇ ਦੁਨੀਆਦਾਰਾਂ ਦੇ ਜਨਾਦੇ ਵੀ ਉੱਠਦੇ ਨੇ, ਤੇ ਤੁਹਾਡੇ ਸਾਹਮਣੇ
ਸਾਹਮਣੇ ਉਹਨਾਂ ਦੇ ਜਿਨ੍ਹਾਂ ਦੇ ਵੀ ਉੱਠਦੇ ਨੇ, ਉਹ ਜਿਨ੍ਹਾਂ ਲੋਕਾਂ ਨੇ ਜ਼ਿੰਦਗੀ ਵਿੱਚ ਆਪਣੇ ਮਕਸਦ ਨੂੰ ਹੱਲ ਕਰਕੇ ਤੇ ਆਪਣੇ ਰੱਬ ਨੂੰ ਰਾਜ਼ੀ ਕੀਤਾ ਹੈ, ਉਹਨਾਂ ਦੇ ਜਨਾਜ਼ਿਆਂ ਦੀ ਰੂਹਾਨੀਅਤ ਵੇਖਿਆ ਕਰ, ਇਹਨਾਂ ਦੁਨੀਆਂ ਤੋਂ ਜਾਣ ਵਾਲੇ ਇਬਾਦਤ ਗੁਜ਼ਾਰਾਂ ਦੇ ਜਨਾਜ਼ਿਆਂ ਦਾ ਰਸ਼ ਵੇਖਿਆ ਕਰ, ਇਹਨਾਂ ਦੁਨੀਆਂ ਤੋਂ ਜਾਣ ਵਾਲੇ ਜਨਾਜ਼ੇ, ਇਹ ਅੱਲਾਹ ਦੇ ਬਲੀ ਤੇ ਉਲਮਾ ਜਿਹੜੇ ਦੁਨੀਆਂ ਤੋਂ ਜਾਂਦੇ ਨੇ, ਇਹਨਾਂ ਦੇ ਮਗਰ ਜਨਾਜ਼ਾ ਪੜਨ ਵਾਲਿਆਂ ਦੀਆਂ ਸਿਸਕੀਆਂ ਤੇ ਹਿਜਕੀਆਂ ਵੇਖਿਆ ਕਰ। ਉਹ ਹਿਜਕੀਆਂ ਦੱਸਦੀਆਂ ਨੇ ਕਿ ਦੁਨੀਆਂ ਤੋਂ ਕੁਝ ਲੈ ਕੇ ਜਾਂਦੇ ਪਏ ਨੇ।